ਇਤਿਹਾਸਿਕ ਕਾਹਦਾ ਫੈਸਲਾ ਤੁਹਾਡਾ ਇਤਿਹਾਸਿਕ ਮੈਨੂੰ ਤੇ ਸ਼ਰਮ ਆਉਂਦੀ ਹੈ ਕਹਿੰਦੇ ਹਾਂ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਰੂਪ ਦੇ ਵਿੱਚ ਵੱਡਾ ਤੋਹਫਾ ਦੀਵਾਲੀ ਦਾ ਦੇਣ ਜਾ ਰਹੇ ਹਾਂ ਕਿ ਸਾਰੇ ਰੇਟ 3 ਰੁਪਏ ਘੱਟ ਕਰ ਰਹੇ ਹਾਂ ਨਸ਼ਾ ਮੁਕਤੀ ਦਾ ਵਾਅਦਾ ਤੁਸੀਂ ਕੀਤਾ ਘਰ ਘਰ ਨੌਕਰੀ ਦੇਣ ਦਾ ਵਾਅਦਾ ਤੁਸੀਂ ਕੀਤਾ ਅੱਜ ਤੁਸੀਂ ਕਹਿੰਦੇ ਹੋ ਡੀਏ ਦੇ ਵਿੱਚ ਇੰਨੇ ਪਰਸੈਂਟ ਜਿਹੜਾ ਉਹਦਾ ਵਾਅਦਾ ਕਰ ਦਿੱਤਾ ਜਾਊਗਾ ਨੌਕਰੀ ਤੁਸੀਂ ਦਿੱਤੀ ਨਹੀਂ ਤੁਸੀਂ ਵਾਅਦਾ ਮਤਲਬ ਵਾਅਦਾ ਕਾਹਦਾ ਕੀਤਾ 440 ਕਰੋੜ ਰੁਪਏ ਹਰ ਮਹੀਨੇ ਐਸੀ ਕਰਮਚਾਰੀਆਂ ਨੂੰ ਜਾਣਾ ਦੇਣ ਜਾ ਰਹੇ ਹੈ ਡੀਏ ਦੇ ਰੂਪ ਦੇ ਵਿੱਚ ਕੀ ਗੱਲ ਹੈ ਜਿਹੜੀ ਬਿਜਲੀ ਅੱਜ ਤੁਸੀਂ ਕਹਿ ਰਹੇ ਹੋ ਕਿ ਸਸਤੀ ਦੇ ਰਹੇ ਹਾਂ ਬਾਕੀ ਸੂਬੇ ਤੋਂ ਪਹਿਲਾਂ ਦੇ ਰਹੇ ਆ ਜਨਤਾ ਦੇ ਅੱਖਾਂ ਦੇ ਵਿੱਚ ਕਿੰਨਾ ਕੁ ਚਿਰ ਤੁਸੀਂ ਮਿੱਟੀ ਪਾਓਗੇ ਤੁਸੀਂ ਆਖਿਆ ਚੰਡੀਗੜ੍ਹ ਨੂੰ ਪੰਜਾਬ ਦੇ ਨਾਲ ਜੋੜ ਦਾਂਗੇ ਉਲਟ ਤੁਸੀਂ ਕਰ ਦਿੱਤਾ BSF ਦਾ ਦਾਇਰਾ ਵਧਾ ਕੇ ਤੁਸੀਂ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਆ ਦੋਵਾਂ ਹਿੱਸਿਆਂ ਦੇ ਵਿੱਚ ਪੰਜਾਬ ਨੂੰ ਡਿਵਾਈਡ ਕਰ ਦਿੱਤਾ ਤੁਹਾਨੂੰ ਆਦਤ ਪਈ ਹੈ ਤਾਂ ਕਿਸਾਨ ਦਾ ਤੁਸੀਂ ਕੀ ਭਲਾ ਕੀਤਾ ਵੇਖੋ 11 ਮਹੀਨੇ ਹੋ ਗਿਆ ਸਾਡੇ ਕਿਸਾਨ 700 ਬੰਦਾ ਸ਼ਹੀਦ ਹੋ ਗਿਆ ਉੱਥੇ ਔਰ ਇਹੋ ਜਿਹੀਆਂ ਗੰਦੀਆਂ ਨੀਤੀਆਂ ਆਪਣੀਆਂ ਬੰਦ ਕਰੋ ਰਾਜਨੀਤੀ ਵਾਸਤੇ ਆਪਣੀਆਂ ਵੋਟਾਂ ਲੈਣ ਦੇ ਚੱਕਰ ਵਿੱਚ ਲੋਕਾਂ ਦੀਆਂ ਲਾਸ਼ਾਂ 'ਤੇ ਨਾ ਖੇਡੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜੀਤ ਕੌਰ ਰੰਧਾਵਾ ਮਾਝੇ ਤੋਂ ਮੈਂ ਸਰਦਾਰ ਗੁਰਨਾਮ ਸਿੰਘ ਚਰੂਨੀ ਦੀ ਮਿਸ਼ਨ ਪੰਜਾਬ ਦੀ ਜਿਹੜੀ ਟੀਮ ਆ ਉਹਦੀ ਸੇਵਾ ਨਿਭਾ ਰਹੀ ਹਾਂ ਸਾਡੇ CM ਸਾਹਿਬ ਨੇ ਜੋ ਕੱਲ੍ਹ ਦੀ ਇੱਕ ਸ਼ੁਰਲੀ ਛੱਡੀ ਹੋਈ ਆ ਇੱਕ ਬਿਜਲੀ ਨੂੰ ਲੈ ਕੇ ਅਤੇ ਉਹ ਕੀ ਗੱਲ CM ਸਾਹਿਬ ਤੁਸੀਂ ਅੱਜ ਜਿਹੜੀ ਬਿਜਲੀ ਜਿਹੜੀ ਦੇ ਰਹੇ ਹੋ ਸਸਤੀ ਕਰਕੇ ਬਾਕੀ ਸੂਬਿਆਂ ਦੇ ਵਿੱਚ ਬਿਜਲੀ ਕੀ ਗੱਲ ਸਸਤੀ ਨਹੀਂ ਹੈਗੀ ਇਹ ਕੁਛ ਜ਼ਿਆਦਾ ਵੱਖਰਾ ਦੇ ਰਹੇ ਹੋ ਕਾਹਦਾ ਇਤਿਹਾਸਿਕ ਤੁਹਾਡਾ ਫੈਸਲਾ ਹੈ ਤੁਸੀਂ ਲੋਕਾਂ ਨੂੰ ਦੇ ਦਿੱਤਾ ਇੱਦਾਂ ਦਾ ਇਸ ਚੀਜ਼ ਦਾ ਸਾਨੂੰ ਜਵਾਬ ਦਿਓ ਜਨਤਾ ਦੇ ਅੱਖਾਂ ਦੇ ਵਿੱਚ ਕਿੰਨਾ ਕੁ ਚਿਰ ਤੁਸੀਂ ਮਿੱਟੀ ਪਾਓਗੇ ਕੀ ਗੱਲ ਹੈ ਜਿਹੜੀ ਬਿਜਲੀ ਅੱਜ ਤੁਸੀਂ ਕਹਿ ਰਹੇ ਹੋ ਕਿ ਸਸਤੀ ਦੇ ਰਹੇ ਹਾਂ ਬਾਕੀ ਸੂਬੇ ਤੋਂ ਪਹਿਲਾਂ ਦੇ ਰਹੇ ਆ ਤੁਸੀਂ ਇਹੋ ਜਿਹਾ ਕੀ ਕਰ ਦਿੱਤਾ 4.5 ਸਾਲ ਹੋ ਗਏ ਆ ਤੁਹਾਡੀ ਸਰਕਾਰ ਨੂੰ ਉਦੋਂ ਦੇ ਤੁਸੀਂ ਕਿੱਥੇ ਸੀ ਉਦੋਂ ਨਾਲ ਤੁਸੀਂ ਕੁਛ ਨਹੀਂ ਦੇ ਪਾਏ ਜਨਤਾ ਨੂੰ ਉਦੋਂ ਦੀ ਤੁਹਾਡੀ ਜ਼ੁਬਾਨ ਬੰਦ ਸੀ ਕੀ ਗੱਲ ਕਿੰਨੇ ਵਾਅਦੇ ਤੁਸੀਂ ਕੀਤੇ ਸੀ ਨਸ਼ਾ ਮੁਕਤੀ ਦਾ ਵਾਅਦਾ ਤੁਸੀਂ ਕੀਤਾ ਘਰ ਘਰ ਨੌਕਰੀ ਦੇਣ ਦਾ ਵਾਅਦਾ ਤੁਸੀਂ ਕੀਤਾ ਅੱਜ ਤੁਸੀਂ ਕਹਿੰਦੇ ਹੋ ਡੀਏ ਦੇ ਵਿੱਚ ਇੰਨੇ ਪਰਸੈਂਟ ਜਿਹੜਾ ਉਹਦਾ ਵਾਅਦਾ ਕਰ ਦਿੱਤਾ ਜਾਊਗਾ ਨੌਕਰੀ ਤੁਸੀਂ ਦਿੱਤੀ ਨਹੀਂ ਤੁਸੀਂ ਵਾਅਦਾ ਮਤਲਬ ਵਾਅਦਾ ਕਾਹਦਾ ਕੀਤਾ ਠੀਕ ਹੈ ਦੂਜੀ ਗੱਲ ਤੁਸੀਂ ਆਖਿਆ ਚੰਡੀਗੜ੍ਹ ਨੂੰ ਪੰਜਾਬ ਦੇ ਨਾਲ ਜੋੜ ਦਾਂਗੇ ਉਲਟ ਤੁਸੀਂ ਕਰ ਦਿੱਤਾ BSF ਦਾ ਦਾਇਰਾ ਵਧਾ ਕੇ ਤੁਸੀਂ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਆ ਦੋਵਾਂ ਹਿੱਸਿਆਂ ਦੇ ਵਿੱਚ ਪੰਜਾਬ ਨੂੰ ਡਿਵਾਈਡ ਕਰ ਦਿੱਤਾ ਤੁਹਾਨੂੰ ਆਦਤ ਪਈ ਹੈ ਤੁਹਾਡੀ ਸਰਕਾਰ ਨੂੰ ਧੜੇਬਾਜ਼ੀਆਂ ਕਰਕੇ ਠੀਕ ਹੈ ਇਹੋ ਜਿਹੇ ਸਿਸਟਮ ਨੂੰ ਕਰਪਟ ਕਰਨ ਦੀ ਠੀਕ ਹੈ ਲੋਕਾਂ ਦੇ ਵਿੱਚ ਗਲਤ ਭਾਵਨਾਵਾਂ ਪੈਦਾ ਕਰਕੇ ਠੀਕ ਹੈ ਇਹੋ ਜਿਹੇ ਮਤਲਬ ਜਿਹੜੀਆਂ ਸਿਆਸਤ ਖੇਡਣ ਦੀ ਲੋਕਾਂ ਦੀਆਂ ਲਾਸ਼ਾਂ 'ਤੇ ਸਿਆਸਤ ਖੇਡਣੀ ਛੱਡ ਦਿਓ ਕਿਸਾਨ ਦਾ ਤੁਸੀਂ ਕੀ ਭਲਾ ਕੀਤਾ ਵੇਖੋ 11 ਮਹੀਨੇ ਹੋ ਗਿਆ ਸਾਡੇ ਕਿਸਾਨ 700 ਬੰਦਾ ਸ਼ਹੀਦ ਹੋ ਗਿਆ ਉੱਥੇ ਕੀ ਤੁਸੀਂ ਕੀ ਗੱਲ 4.5 ਸਾਲਾਂ ਦੇ ਵਿੱਚ ਤੁਹਾਨੂੰ ਚੇਤਾ ਨਹੀਂ ਆਇਆ ਅੱਜ ਤੁਸੀਂ ਇਹੋ ਜਿਹੇ ਨਿੱਕੇ ਨਿੱਕੇ ਛੁਰਲੀਆਂ ਜਿਹੜੀਆਂ ਤੁਸੀਂ ਛੱਡਦੇ ਪਏ ਜੇ ਇੱਕ ਵੋਟਾਂ ਲੈਣ ਦੀ ਖਾਤਰ ਇਹਨਾਂ ਚੀਜ਼ਾਂ ਨੂੰ ਬੰਦ ਕਰ ਦਿਓ ਦੁਨੀਆ ਪੂਰੀ ਅਵੇਅਰ ਇਹਨਾਂ ਚੀਜ਼ਾਂ ਤੋਂ ਠੀਕ ਆ ਕਿਸਾਨਾਂ ਦਾ ਕਰਜ਼ਾ ਮਾਫੀ ਤੁਸੀਂ ਕਰ ਦਿੱਤਾ ਕਿੰਨਾ ਕੁ ਕਰਜ਼ਾ ਮਾਫੀ ਤੁਸੀਂ ਕਰ ਦਿੱਤਾ ਫੰਦਾ ਅਗਲਿਆਂ ਦੇ ਗੱਲ 'ਚ ਪਿਆ ਹੁੰਦਾ ਤੁਸੀਂ ਜਾ ਕੇ ਤਾਂ ਉਹਨਾਂ ਦਾ ਹਾਲ ਚਾਲ ਪੁੱਛਣ ਜਾਂਦੇ ਜੋ ਇਹੋ ਜਿਹੀ ਤੁਹਾਡੀ ਸਿਆਸਤ ਆ ਇਹੋ ਜਿਹੀ ਸਿਆਸਤ ਕਰਨੀ ਆਪਣੀ ਬੰਦ ਕਰੋ 101 ਰੁਪਈਆ ਤੁਸੀਂ ਡੀਜ਼ਲ ਕਰ ਦਿੱਤਾ ਵਾ ਘਟਾਉਣਾ ਤਾਂ ਉਹਦਾ ਰੇਟ ਘਟਾਓ ਮਾਫ਼ ਕਰਨੇ ਆ ਤਾਂ ਲੋਕ ਕਿਸਾਨਾਂ ਦੇ ਕਰਜ਼ੇ ਮਾਫ਼ ਕਰੋ ਜਿਨ੍ਹਾਂ ਦੇ ਜਿਹੜੇ ਫਾਂਸੀਆਂ 'ਤੇ ਫੰਦੇ ਜਿਹੜੇ ਆਪਣੇ ਗੱਲ 'ਚ ਪਾਉਂਦੇ ਆ ਕੁੜੀ ਦਾ ਵਿਆਹ ਰੱਖਿਆ ਹੁੰਦਾ ਅਤੇ ਕਰਜ਼ੇ ਲੈਂਦੇ ਆ ਬੈਂਕਾਂ ਤੋਂ ਜਾ ਕੇ ਠੀਕ ਆ ਇਹੋ ਜਿਹੇ ਕੰਮ ਕਰੋ ਨਾ ਕਿ ਇਹੋ ਜਿਹੀਆਂ ਘਟੀਆਂ ਇਤਿਹਾਸਿਕ ਕਾਹਦਾ ਫੈਸਲਾ ਤੁਹਾਡਾ ਇਤਿਹਾਸਿਕ ਮੈਨੂੰ ਤਾਂ ਸ਼ਰਮ ਆਉਂਦੀ ਹੈ ਕਹਿੰਦੇ ਹਾਂ ਔਰ ਇਹੋ ਜਿਹੀਆਂ ਗੰਦੀਆਂ ਨੀਤੀਆਂ ਆਪਣੀਆਂ ਬੰਦ ਕਰੋ ਰਾਜਨੀਤੀ ਵਾਸਤੇ ਆਪਣੀਆਂ ਵੋਟਾਂ ਲੈਣ ਦੇ ਚੱਕਰ ਵਿੱਚ ਲੋਕਾਂ ਦੀਆਂ ਲਾਸ਼ਾਂ 'ਤੇ ਨਾ ਖੇਡੋ ਬੰਦ ਕਰੋ ਬਸ ਮੈਂ ਇਹੀ ਚੀਜ਼ ਕਹਿਣਾ ਚਾਹੁੰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ